ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ, ਅਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ। ਅਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ ਯੂਟਿਊਬ ਚੈਨਲ ਸਰਬਜੀਤ ਮਹਾਲ ਬਲੌਗਸ 'ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ, ਦੁੱਧ ਧੀ ਪੁੱਤ ਖੁਸ਼ੀਆਂ ਖੇੜੇ, ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਵੇ ਜੀ ਬਰਕਤਾਂ। ਅਤੇ ਲਓ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ। ਅੱਜ ਆਪਾਂ ਨੇ ਕਣਕ ਨੂੰ ਪਾਣੀ ਕਰਤਾ ਜੀ ਸ਼ੁਰੂ ਲਾਉਣਾ, ਅਤੇ ਚਲੋ ਦੋਵੇਂ ਮੋਟਰਾਂ ਚੱਲ ਪੈਣੀਆਂ, ਪਾਣੀ ਬੀਜੇ ਲੱਗ ਜਾਣਾ ਜੀ। ਅਤੇ ਆ ਵੀਰੋ ਘੱਟ ਜ਼ਮੀਨ ਪਰ ਮੋਟਰਾਂ 2.5 ਕਿੱਲੇ ਆਪਣੇ ਕਣਕ ਦੇ, ਅਤੇ ਇੱਕੋ ਦਿਨ ਜਿਹੜੇ ਆਪਣਾ ਪਾਣੀ ਲੱਗ ਜਾਂਦਾ ਸਾਰਾ ਹੀ, ਇੱਕ ਨਾ ਹੀ ਬਿਜਾਈ ਵੀ ਇੱਕੋ ਦਿਨ ਕਰ ਦਿੰਦੇ ਅਸੀਂ। ਅਤੇ ਚਲੋ ਪਿਛਲਾ ਪਾਣੀ ਦੇਖਿਆ ਤੁਸੀਂ, ਇੱਕ ਦਿਨ ਪਾਣੀ ਲਾਉਣ ਦਾ ਨੁਕਸਾਨ ਵੀ ਹੋ ਜਾਂਦਾ ਜੇ ਕਹੀਏ ਤਾਂ, ਫਾਇਦੇ ਆ। ਪਿਛਲੀ ਵਾਰ ਵੀ ਅਸੀਂ ਇੱਕੋ ਦਿਨ ਪਾਣੀ ਲਾਇਆ ਤਾ, ਰਾਤ ਨੂੰ ਬਹੁਤ ਪੈ ਗਿਆ ਤਾਂ ਮੀਂਹ, ਇਹੀ ਖੇਤ ਨੂੰ ਹੁਣ ਮੋਟਰ ਚੱਲਦੀ ਹੈ। ਅਤੇ ਮੀਂਹ ਇੰਨਾ ਪਿਆ ਜੀ ਵੀ ਮੰਨ ਲਓ ਫਿਰ ਇੱਥੇ ਆਹ ਜਗ੍ਹਾ ਉਹ ਟੁੱਲੂ ਪੰਪ ਲਾ ਕੇ ਆ ਸਾਰੇ ਖੇਤ ਦਾ ਹੀ ਜੀ ਪਾਣੀ ਕੱਢਿਆ, ਇਹ ਥੋੜ੍ਹਾ ਜਿਹਾ ਖੇਤ ਨੀਵਾਂ ਹੈ। ਅਤੇ ਚਲੋ ਹੁਣ ਤਾਂ ਸੁੱਖ ਸਾਂਦ ਹੈ, ਪਰ ਹੁਣ ਵੀ ਵੀਰੋ ਪਾਣੀ 1 ਤਰੀਕ ਦਾ ਲੱਗਦਾ ਤਾ, ਮੀਂਹ ਦੱਸਦਾ ਤਾਂ 8-9 ਨੂੰ ਫਿਰ ਰੁਕ ਗਏ, ਉਹੀ ਡਰਦੇ ਮਾਰੇ ਵੀ ਪਾਣੀ ਨਾ ਕੱਢਣਾ ਪੈ ਜਾਵੇ। ਫਿਰ 8-9 ਨੂੰ ਪਿਆ, 15-16 ਨੂੰ ਕਹਿਣ ਲੱਗ ਗਿਆ, ਫਿਰ ਰੁਕ ਗਏ ਤੇ ਪਰ ਹੁਣ ਆਖਿਰਕਾਰ ਨੂੰ ਪਾਣੀ ਲਾਉਣਾ ਪੈ ਗਿਆ, ਕਿਉਂਕਿ ਹੁਣ ਜਿਹੜੀ ਕਣਕ ਹੈ ਇਹ ਪੂਰੀ ਪਾਣੀ ਪਰੇ ਪਹੁੰਚੀ ਵੀ ਹੈ ਜੀ। ਤਾਂ ਦਿਨ ਦੇ ਵਿੱਚ ਹੁਣ ਧੁੱਪ ਵੀ ਥੋੜ੍ਹੀ ਥੋੜ੍ਹੀ ਨਿਕਲਣ ਲੱਗ ਗਈ, ਹੁਣ ਤੱਕ ਤਾਂ ਸਹਾਰਾ ਤਾ ਕਿਉਂਕਿ ਸੂਰਜ ਨਹੀਂ ਨਿਕਲਿਆ ਹੈਗਾ। ਅਤੇ ਚਲੋ ਬਾਕੀ ਚੱਲ ਰਿਹਾ ਜੀ ਕੰਮ, ਤੁਹਾਨੂੰ ਪਿਛਲੇ ਕੈਮਰੇ ਨਾਲੇ ਦਿਖਾਉਂਦਾ, ਅਮਨ ਵੀ ਲੱਗਿਆ ਹੋਇਆ, ਦੋਵੇਂ ਮੋਟਰਾਂ ਚੱਲਦੀਆਂ, ਇੱਧਰ ਉੱਧਰ ਰਲ ਕੇ ਅੱਜ ਪਾਣੀ ਦਾ ਕੰਮ ਨਿਬੜ ਜਾਣਾ। ਅਤੇ ਵਿੱਚੇ ਵਿੱਚ ਜੱਗਾ ਮਜ਼ਾਕ ਕਰ ਗਿਆ ਟਰੈਕਟਰ ਲਈ ਜਾਂਦਾ ਤਾ, ਕਹਿੰਦਾ ਹੁਣ ਮੇਰੇ 'ਤੇ ਟੁੱਲੂ ਪੰਪ ਨਹੀਂ ਲਾਉਣਾ। ਮੈਂ ਕੋਈ ਨਹੀਂ, ਸਦਾ ਹੀ ਉਹੀ ਦਿਨ ਨਹੀਂ ਰਹਿੰਦੇ ਵੀਰਾ, ਇਹਦਾ ਹੁਣ ਮਹਾਰਾਜ ਦੀ ਮਰਜ਼ੀ ਹੈ, ਉਹਨੇ ਕਰਨਾ, ਆਪਣਾ ਕੰਮ ਆ ਮਿਹਨਤ ਕਰਨਾ। ਅਤੇ ਚਲੋ ਆਪਣਾ ਪਾਣੀ ਚੱਲ ਰਿਹਾ, ਅਮਨ ਨਾਲ ਵੀ ਬਣਾਉਂਦਾ ਸਾਨੂੰ ਪਿਛਲੇ ਕੈਮਰੇ ਦੇ ਨਾਲ, ਅਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਲਓ ਬਾਈ ਆਹ ਹੈ ਆਪਣੀ ਕਣਕ, ਕਣਕ ਬੀਜ ਜਿਹੜੀ 1 ਨੰਬਰ ਖੜੀ ਹੈ, ਇਹ ਹੈ 826 ਬੀਜ। ਉੱਧਰ ਇਹ ਮੋਟਰ, ਇਹ ਪਿੰਡ ਵਾਲੀ ਮੋਟਰ ਆ ਜੀ ਆਪਣੀ, ਅਤੇ ਬਾਕੀ ਉਹ ਜਿਹੜੀ ਉੱਧਰਲੀ ਸਾਈਡ ਕਣਕ ਹੈ ਜੀ, ਉਹ ਹੈ 869। ਅਤੇ ਆ ਲਓ ਦੋਵੇਂ ਨੱਕੇ ਛੱਡੇ ਪਏ ਨੇ ਚੋਬਰ ਨੇ, ਇੱਧਰ ਇੱਕ ਉਹ ਸਾਹਮਣੇ ਆ ਰਿਹਾ ਜਿੱਥੇ ਬੰਗਲਾ ਬੈਠਾ, ਉਹ ਦੋਵੇਂ ਨੱਕੇ ਛੱਡੇ ਪਏ ਆ। ਹਾਂ ਬਾਈ ਕਿਆ ਕਰਦਾ, ਪਾਣੀ ਚੱਲ ਰਿਹਾ ਹੁਣ? ਪਾਣੀ ਜਾ ਰਿਹਾ ਤਾਂ ਫਿਰ ਮੈਂ ਕਿਹਾ ਦੋਵਾਂ ਸਾਈਡ ਛੱਡ ਦੇਣਾ, ਉੱਥੇ ਛੱਡਦਾ ਕਰ ਰਿਹਾ। ਹਾਂ ਭਰੇ ਜਾਣੇ, ਲਾਈਟ ਤਾਂ ਬਥੇਰੀ ਹੈ, ਭਰ ਤਾਂ ਜਾਣੇ ਦੋਵੇਂ, ਚੱਲ ਵੱਧ ਘੱਟ ਤਾਂ ਨਹੀਂ ਹੈਗਾ, ਪਾਣੀ ਬਰਾਬਰ ਜਿਹੀ ਹੈ, ਪਰ ਉੱਥੇ ਨੱਕਾ ਵੀ ਵੱਢ ਹੋਇਆ ਵਾ, ਤਾਂ ਕਿ ਆਪੇ ਭਰ ਜਾਣਾ ਸਾਰੀ। ਹੈਂ ਆਪੇ ਭਰ ਜਾਣਾ, ਆਓ ਜਾਣੀ ਨੱਕਾ ਵੱਢ ਹੋਇਆ ਵਾ, ਮੈਂ ਪਾਣੀ ਵਾਲੇ ਦੁਆਲੇ ਹੋਈ ਜਾਣਾ। ਅਤੇ ਵੀਰੋ ਇਹ ਦਿਨਾਂ ਦੇ ਵਿੱਚ ਪਾਣੀ ਤਾਂ ਜਾਂਦੇ ਦਾ ਦਿਖੀ ਜਾਂਦਾ, ਕੈਮਰੇ 'ਚ ਨਹੀਂ ਦਿਖਦਾ, ਉੱਥੇ ਉੱਥੇ ਉਸ ਜਾਂਦੀ ਹੈ ਉੱਠਦੀ, ਹੈ ਨਾ, ਧੁੰਦ ਜੀ ਹੋ ਜਾਣਾ ਭਰ ਜਾਣਾ। ਅਤੇ ਇੱਧਰ ਬਾਈ ਜਿਹੜੀ ਲੇਟ ਕਣਕ ਬੀਜ ਹੋਈ ਤੀ, ਜਿਹੜਾ ਦੇਖੋ ਪਾਣੀ ਨਾਲ ਰਾਜੂ ਬਾਈ ਦੀ ਸਰੋਂ ਮਰ ਗਈ ਤੀ। ਸੋ ਇਹ ਕਿ ਜੌਂ ਆ ਇਹ? ਹਾਂ ਕਣਕ ਨਹੀਂ ਹੈਗੀ ਹੈ ਨਾ, ਅਤੇ ਬਾਈ ਇਹ ਜੌਂ ਆ ਮੈਨੂੰ ਲੱਗਦੀ, ਕਿਉਂਕਿ ਮੈਂ ਉਰੇ ਹੈ ਨਹੀਂ ਤਾਂ ਜਿੱਦਣ ਬੀਜੀ, ਅਤੇ ਲੇਟ ਆ ਨਹੀਂ, ਇਹਦੇ ਵਿੱਚ ਸਰੋਂ ਹੋਣੀ ਤੀ ਵੀਰੋ ਬਹੁਤ ਤਕੜੀ, ਉਹ ਜਿਕਣਾ ਬਰਸੀਨ ਦੇ ਵਿੱਚ। ਚਲੋ ਬਾਕੀ ਤਾਂ ਕੰਮ ਚੱਲ ਰਿਹਾ, ਅੱਠ ਪਾਲੀ ਸਾਈਡ ਭਰ ਗਿਆ ਖੇਤ, ਚੱਲ ਨਿਬੜਦਾ ਜਾਂਦਾ ਕੰਮ ਜੀ ਇਹ। ਉੱਧਰ ਗਾਹ ਮੈਂ ਭਰਿਆ ਇਹ ਤਾਂ ਹੀ ਇੱਧਰ ਨੂੰ ਆਇਆ, ਚੱਲ ਆਹ ਕੰਮ ਜੀ। ਅਤੇ ਬਾਕੀ ਮੌਸਮ ਦੇਖੋ ਹਾਲੇ ਖੁੱਲ੍ਹਿਆ ਨਹੀਂ, ਬੱਦਲਬਾਈ ਵਾਲਾ ਕੋਈ ਕਿਧਰੇ ਵੀ ਚਾਂਸ ਨਹੀਂ ਹੈਗਾ। ਅਤੇ ਬਾਈ ਆਹ ਮਲਕੀਤ ਬਾਈ ਨੇ ਕਣਕ ਬੀਜੀ ਦੀ ਸਰੋਂ ਵਾਹ ਕੇ, ਅਤੇ ਇੱਧਰ ਰਾਜੂ ਬਾਈ ਨੇ ਆਪਣਾ ਜੌਂ ਬੀਜੇ ਤੇ, ਅਤੇ ਬਾਕੀ ਕਣਕ ਆਪਣੀ ਤਾਂ 1 ਨੰਬਰ ਖੜ੍ਹੀ ਹੈ,
ਤੇ ਆ ਗਈ ਜੀ ਨੇਤਰ ਵਾਹੀਰਾਂ ਦੀ, ਇੱਥੇ ਤਾਂ ਸ਼ੁਰੂ ਹੁੰਦੀ ਨਿੱਕੇ ਕੋਲ ਤੇ। ਲੈ ਬਾਈ ਬੰਗਲਾ ਵੀ ਆ ਗਿਆ ਆਪਣੀ ਖੁਰਾਕ ਨੂੰ, ਲੋ ਪਾਣੀ ਘਟਾਊਗਾ ਥੋੜ੍ਹਾ ਜਿਹਾ। ਚਲੋ ਚੱਲੀ ਜਾਂਦੇ ਆ ਕੰਮ, ਬਾਕੀ ਪਰਵਨਾ ਨਾਲ ਮਿਲਾਉਂਦਾ ਸਾਨੂੰ ਘਰ ਜਾ ਕੇ। ਲਓ ਜੀ ਖੇਤ ਤੋਂ ਪਹੁੰਚ ਗਏ ਘਰ, ਅਤੇ ਸੂਰਜ ਨੇ ਵੀ ਦਸਤਕ ਦੇ ਦਿੱਤੀ, ਦਸਤਕ ਕਹਿ ਦਿੱਤੀ ਬੰਦੇ ਆਪਣੇ। ਆਹ ਦੇਖ ਲਓ, ਹਾਂ ਵੀ ਕਿਆ ਖਾ ਰਿਹਾ ਹੈਂ? ਕੇਲਾ। ਸਤਿ ਸ਼੍ਰੀ ਅਕਾਲ ਬੁਲਾ ਬੁਲਾ ਸਵਰ ਕੇ। ਲੈ ਬਾਈ ਇਹ ਲੱਗਿਆ ਵਾ ਫਲਾਂ ਨੂੰ, ਅਤੇ ਇੱਧਰ ਵੀ ਫਲ ਨੂੰ ਲੱਗੀ ਵੀ, ਇੱਧਰ ਵੀ ਮਿਲੋ ਪਹਿਲਾਂ। ਅਤੇ ਬਾਈ ਹੋਰ ਦੱਸ ਦਾ, ਅੱਜ ਧੁੱਪਾਂ ਨਿਕਲੇ, ਅੱਜ ਕੱਪੜੇ ਆ ਜਿਹੜੇ ਉਹ ਵੀ ਸੁੱਕ ਗਏ ਪੂਰੇ, ਤੈਹਾਂ ਵੱਜ ਰਹੀਆਂ ਬਸ ਜਾਣੀ ਆਏ ਆ ਵੀ, ਤੈਂ ਵੀ ਕਿਆ ਵੱਜਣੀ ਆ, ਨਾਲ ਦੀ ਨਾਲ ਖੜਾਉਣ ਵਾਲੇ ਵੀ ਤੈਂ, ਇੱਧਰ ਮਿਲੋ ਜੀ। ਮੇਰੇ ਵੱਲ ਸਾਰਿਆਂ ਨੂੰ ਹੱਥ ਜੋੜ ਕੇ ਪੈਰ ਭਰ ਸਤਿ ਸ਼੍ਰੀ ਅਕਾਲ ਜੀ। ਹਾਂ ਵੀ ਇੱਕ ਜਣਾ ਤੈਅ ਮਾਰਦਾ, ਇੱਕ ਜਣਾ ਖੜਾਉਂਦਾ। ਅੱਛਾ ਫਿਰ ਠੀਕ ਆ। ਹਾਂ ਬੰਮੂ ਤੂੰ ਤੈਅ ਨਹੀਂ ਮਾਰਨ ਦਿੰਦਾ, ਇੱਧਰ ਦੱਸ ਕਾਹਤ ਨਹੀਂ ਮਾਰਨ ਦਿੰਦਾ ਤੈਅ, ਦੱਸ ਸਾਈਕਲ ਕਿੱਥੇ ਤੇਰੀ, ਸਾਈਕਲ ਹੀ ਚੱਕ ਦੇ ਕਿਹੜਾ ਹੈਂ। ਮਸੀ ਧੁੱਪ ਨਿਕਲੀ ਆ, ਲੈ ਬਾਈ ਉਹ ਗਿਆ ਉਹ ਗਿਆ, ਗੱਡੀਆਂ ਸਾਰੀ ਖੜੀਆਂ ਪੂਰੀਆਂ ਲੱਗੀਆਂ ਲਾਈਨ 'ਚ। ਅਤੇ ਹਾਂ ਜਸਨ ਖਾ ਲੂੰਗੀ ਹੈਂ। ਲੈ ਬਾਈ ਜਸਨ ਆ ਲਓ ਦੇਖੋ, ਲੈ ਆਹ ਬਾਈ ਕੰਮ ਇੱਕਣਾ ਚਾਹੀਦਾ, ਜ਼ਿੰਦਗੀ ਇਹੀ ਜੀ ਕਹਿੰਦਾ, ਮੌਜ ਲੁੱਟੋ ਨਾ। ਆਹ ਦੇਖੋ ਅਤੇ ਗੱਡੀ 'ਚ ਵੀ ਮਾਰ ਦਿੰਦਾ ਜੀ ਵਿੱਚੇ ਵਿੱਚੇ ਇਹ ਕਦੇ ਸਾਈਕਲ ਹੀ, ਕਿਆ ਕਰੀਏ ਹੁਣ ਬੱਚੇ ਆ ਰੋਕ ਨਹੀਂ ਸਕਦੇ, ਆਪਣੀ ਮੌਜ ਉੱਠਣੀ ਆ ਇਹ। ਆਹ ਦੇਖੋ ਡਿਸਕ ਬ੍ਰੇਕ ਦਾ ਫਾਇਦਾ ਲੈਂਦਾ ਇਹ ਪੂਰਾ ਜਸ਼ਨ। ਹਾਂ ਤੇਰੀ ਪੜ੍ਹਾਈ ਕਿੱਕਣਾ ਚੱਲਦੀ ਆ ਹੈਂ? ਮੈਨੂੰ ਲੱਗਦੀ ਨਹੀਂ ਹੈਗੀ ਬਾਈ, ਜਸ਼ਨ ਨਾਲ ਹੀ ਲੈ ਰਿਹਾ ਛੁੱਟੀਆਂ ਦਾ ਆਨੰਦ, ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਛੁੱਟੀਆਂ ਵਧਾ ਦਿੱਤੀਆਂ, ਇਹਨੂੰ ਪੁੱਛਦੇ ਆ। ਹਾਂ ਵੀ ਕੱਲ੍ਹ ਸਕੂਲ ਜਾਣਾ ਕਿ ਛੁੱਟੀ ਹੈਂ? ਜਾਣਾ ਸਕੂਲ, ਇੱਧਰ ਨੂੰ ਦੱਸ ਮੂੰਹ ਕਰਕੇ ਬਾਈ, ਇਹ ਬੜੀ ਸਭਾ ਦੀਆਂ ਛੁੱਟੀਆਂ ਦੀਆਂ ਮੌਜਾਂ ਲੁੱਟ ਰਿਹਾ ਪਰਮ ਦਾ ਹਨਾ ਹੈਂ, ਇੱਧਰ ਦੱਸ ਇੱਧਰ ਦੇਖ। ਤੇਰੀ ਮੈਡਮ ਕਹਿੰਦੀ ਤੀ, ਕਹਿੰਦੀ ਵੀ ਪਰਮ ਨੂੰ ਕਹਿ ਦੇ ਵੀ ਕੱਲ੍ਹ ਸਕੂਲ ਆਵੇ। ਹਾਂ ਵੀ ਤੂੰ ਕਿਆ ਕਹਿੰਦੀ ਸਕੂਲ ਜਾਵੇ ਕਿ ਛੁੱਟੀਆਂ ਹੋਵੇ? ਹਾਂਜੀ ਹਾਂਜੀ ਜਾਵੇ ਜੀ, ਬੜਾ ਹੀ ਖਰਾਬ ਹੁੰਦੀ ਬੱਚਿਆਂ ਦੀ, ਹਾਂ ਘਰ ਵੀ ਸ਼ਰਾਰਤ ਕਰਦੇ, ਘਰ ਕਿਹੜੇ ਟਿਕਦੇ ਠੰਡ ਕਰਕੇ ਛੁੱਟੀਆਂ, ਹਾਂ ਚੱਲਾਂ ਸਕੂਲ ਦੀ ਜਗ੍ਹਾ ਟਿੱਕ ਕੇ ਬੈਠੇ ਰਹਿੰਦੇ ਘਰ, ਤਾਂ ਫਿਰ ਸ਼ਰਾਰਤਾਂ ਕਰਦੇ ਜੀ। ਅੱਛਾ ਠੀਕ ਹੈ ਠੀਕ ਹੈ ਠੀਕ ਹੈ, ਹੋਰ ਪੜ੍ਹਦੇ ਵੀ ਨਹੀਂ ਜੀ ਹੈਗੇ ਘਰ, ਤਾਂ ਸਕੂਲ 'ਚ ਪੜ੍ਹ ਲੈਂਦੇ ਡਰਦੇ। ਜਸ਼ਨ ਵੀ ਨਹੀਂ ਪੜ੍ਹਦੀ ਹੈਗੀ, ਜਸ਼ਨ ਤਾਂ ਪੜ੍ਹ ਲੈਂਦੀ ਹੈ ਜੀ, ਇਹੀ ਥੋੜ੍ਹਾ ਜਿਹਾ ਕੰਮ ਖਰਾਬ ਕਰਦਾ। ਲੈ ਹੁਣ ਲੱਗਿਆ ਪਰਨਾ ਬੰਨਣ ਬਾਈ, ਇਹ ਦੇਖੀ ਚੱਲੋ ਇਹਦੇ ਤਜਰਬੇ ਇਹ। ਅੱਛਾ ਅੱਛਾ ਇਹ ਰੀਲ ਕਰਦਾ ਬਾਈ ਇਹ ਮਫਲਰ ਮੂਵਰ ਰੱਖਣ ਦੀ ਇੱਕ ਨਾ ਇਹ। ਲੈ ਤੈਂ ਲੈਣਾ ਮਫਲਰ, ਘੜੀ ਕਿੱਥੇ ਤੇਰੀ ਘੜੀ ਬਾਈ? ਗੱਡੀ ਨੇ ਉਹ ਖੜਾ ਜਾਂਦੀ ਸਾਈਕਲ ਹੀ ਦੇਖ ਲੈ। ਜਸ਼ਨ ਨੂੰ ਤਾਂ ਜਵੇਲ ਨਹੀਂ ਹੈਗੀ ਐਪਲ 'ਤੇ, ਇਹ ਕਹਿੰਦੀ ਮੈਂ ਐਪਲ ਦਾ ਹੀ ਕੰਮ ਨਿਬੇੜਨਾ। ਚਲੋ ਜੀ ਹੈਂ ਪਾਈ ਆਈ ਤਾਂ ਫਰੂਟਸ ਲੱਗੇ ਖਾਣ ਬੱਚੇ, ਇਹਨੇ ਕੇਲਾ ਖਾ ਕੇ ਹਟੇ ਆ ਇਹ, ਆਪਣਾ ਐਪਲ ਚੱਕ ਲਿਆ ਜਿਹੜੇ ਇਹਦੇ ਫੇਵਰੇਟ ਆ ਇਹਨਾਂ ਦੇ। ਅੱਛਾ ਅੰਮੂ ਕੇਲੇ ਦਾ ਛਿਲਕ ਕਿੱਥੇ ਗਿਆ ਰਿਹਾ ਪੁੱਤ? ਇਹ ਆ ਦੇਖ, ਆਹ ਦੇਖ ਕਿੱਥੇ ਦਿਖਾਈ ਦਾ ਦਿਖਾਈ ਦਾ, ਅਤੇ ਡਸਟਬਿਨ 'ਚ ਨਹੀਂ ਗਿਰ ਕਿਆ ਇਹ? ਆਹ ਦੇਖੋ ਇਹ, ਆਹ ਦੇਖੋ ਇਹ ਬਾਹਰ ਕੱਢ ਦਿਓ, ਉੱਥੇ ਗਿਰਿਆ ਪੁੱਤ ਬਾਲਟੀ 'ਚ, ਹਾਂ ਜਾਂ ਬਾਲਟੀ 'ਚ ਗਿਰਿਆ। ਲੈ ਬਾਈ ਧੁੱਪ ਦਾ ਆਨੰਦ, ਉੱਥੇ ਡਸਟਬਿਨ ਦੀ ਬਾਲਟੀ ਬਾਈ ਉਹ ਖੁੰਜੇ ਬਾਈ, ਉੱਥੇ ਜਾਊਗਾ ਇਹ। ਅਤੇ ਬੂਟੇ ਦੇਖੋ ਬਾਈ ਆਪਣੇ
ਕੋਹਰਾ ਬਹੁਤ ਜ਼ਿਆਦਾ ਪੈ ਰਿਹਾ। ਆਹ ਲਾ ਦੁਬਾਰਾ ਫੁੱਲ ਵੀ ਫੁੱਟਣ ਨੂੰ ਤਿਆਰ ਆਏ, ਤਾਂ ਆਹ ਦੋ ਤਿੰਨ ਦਿਨ ਦੇ ਕੋਰੇ ਨੇ ਜਿਹੜੇ ਕਰਤੇ। ਅਤੇ ਚਲੋ ਬਾਕੀ ਠੀਕ, ਉਹ ਲੰਘ ਗਿਆ ਬਾਈ ਗੱਡੀ ਦੇ ਲਾਗ ਨੂੰ। ਇਹ ਰਿਸਕੀ ਬੰਦਾ, ਇਹ ਦੇਖੋ ਉਹ ਪਰਲੀ ਸਾਈਡ ਨੂੰ ਖੁੱਲ੍ਹੀ ਜਗ੍ਹਾ ਇੱਧਰ ਨੂੰ ਨਹੀਂ ਗਿਆ, ਇੱਥੇ ਨੂੰ ਗਿਆ ਇਹ ਭੱਜਿਆ। ਚਲੋ ਬਾਕੀ ਚੱਲ ਰਿਹਾ ਕੰਮ, ਮਹਾਰਾਜ ਇੱਕਣਾ ਹੀ ਸਾਰਿਆਂ ਨੂੰ ਖੁਸ਼ ਰੱਖੇ। ਲਓ ਬਾਈ ਬੱਚੇ ਪਾਰਟੀ ਦੀ ਪਾਰਟੀ ਚੱਲਦੀ ਆ, ਆਪਾਂ ਵੀ ਸਮੋਸਾ ਖਾ ਰਹੇ ਹਾਂ ਅਤੇ ਬੈਠੇ ਹਾਂ ਬਾਈ ਸਾਰੇ। ਲੈ ਬਾਈ ਸਤਿ ਸ਼੍ਰੀ ਅਕਾਲ, ਲੈ ਬਾਈ ਸਾਰਿਆਂ ਦੀ ਸਤਿ ਸ਼੍ਰੀ ਅਕਾਲ ਕਰਿਓ ਮਨਜੂਰ, ਹੈਂ ਸਤਿ ਸ਼੍ਰੀ ਅਕਾਲ। ਅਤੇ ਲੈ ਬਾਈ ਲੱਗੇ ਹੋਏ ਆ, ਇੱਕਣਾ ਹੀ ਬਾਬਾ ਖੁਸ਼ ਰੱਖੇ ਇਹਨਾਂ ਨੂੰ। ਆਹ ਹੈ ਬਾਈ ਅਸਲੀ ਜ਼ਿੰਦਗੀ, ਇੱਕ ਪਲੇਟ 'ਚ ਖਟਿਆਈ ਆਲੇ ਦੁਆਲੇ ਸਮੋਸਾ, ਹੈਂ ਆਹ ਬਾਈ ਇੱਕਣਾ ਹੈ, ਇਹ ਹੈ ਪੇਂਡੂ ਲਾਈਫ। ਹਲੋ ਬੈਠੇ ਬਾਈ ਹਨ, ਭਰਮ ਵੀ ਖਾ ਰਿਹਾ। ਹੈਲੋ ਚਲੋ ਬਾਈ ਚੱਲ ਰਿਹਾ, ਬੱਚੇ ਦਿਲ ਕੇ ਸੱਚੇ।